वेलकम ज्योति, एक बार तुसी इंट्रोड्यूस कर दो अपने आप नूं। ओके सर, माय नेम इज ज्योति। मैं हुनी रिसेंटली सर एग्जाम के लिए कीता सी 10th अप्रैल दा आईएलटीएस दा ते मैं 6.5 स्कोर कीते सर विद द हेल्प ऑफ यू। नहीं, कोई चक्कर वाली गल नहीं। ओके सो कुछ कु जिहड़े मॉड्यूल्स जिहड़े हैगे अपने चार, आपां उहनां बारे गल करांगे। ठीक है, तुसी दस्सिओ वी घरे तुसी प्रैपरेशन किवें कीती सीगी ताँ कि स्टूडेंट्स दी हेल्प हो सके, राइट? ਹਾਂਜੀ ਸਰ। हाँ, इस करके तो सब तो पहला मैं हूँ रीडिंग बारे थोड़े तो पूछना है भी तुम किमें तैयारी की थी। ओके सर। सर रीडिंग ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਵੇਂ ਵੀ ਮੈਂ ਨਾ 2 ਘੰਟੇ ਡੇਲੀ ਪੇਪਰ ਕਰਦੀ ਹੁੰਦੀ ਸੀ। ਇੱਕ ਸਰ ਮੈਨੂੰ ਇਦਾਂ ਹੁੰਦਾ ਸੀ ਜਦ ਮੈਂ ਰੀਡਿੰਗ ਕਰਦੀ ਹੁੰਦੀ ਸੀ ਕਈ ਵਾਰ ਮੇਰੇ ਸਕੋਰ ਘੱਟ ਜਾਂਦੇ ਸੀ 6 ਤੋਂ ਮਤਲਬ 22 ਰਹਿ ਜਾਂਦੇ ਸੀ 21 23 ਠੀਕ ਹੈ। ਫਿਰ ਮੈਂ ਰੀਡਿੰਗ ਘੱਟ ਹੀ ਕਰਦੀ ਹੁੰਦੀ ਸੀ ਕਿਉਂਕਿ ਮੈਨੂੰ ਐਵੇਂ ਹੁੰਦਾ ਸੀ ਜਦੋਂ ਘੱਟ ਗਿਆ ਫਿਰ ਆਪਾਂ ਮਾਈਨਸ ਜੇ ਹੋ ਜਾਂਦੇ ਆ ਵੀ ਹੈ ਨਾ ਵੀ ਆਪਣੇ ਘੱਟ ਗਏ ਆਪਣੇ ਇਗਜ਼ਾਮ ਦੇ ਵਿੱਚ ਕਿੱਦਾਂ ਫਿਰ ਆਉਣਗੇ। ਠੀਕ, ਡਰ ਲੱਗ ਡੀਮੋਟੀਵੇਟ ਹੋ ਜਾਂਦਾ ਆਪਾਂ। ਹਾਂਜੀ ਸਰ ਆਪਾਂ ਡੀਮੋਟੀਵੇਟ ਜੇ ਹੋ ਜਾਂਦੇ ਆ ਫਿਰ ਇਸ ਲਈ ਮੈਂ ਨਿਊਜ਼ ਪੇਪਰ ਪੜ੍ਹਦੀ ਸੀ ਵੀ ਚਲ ਕੀ ਪਤਾ ਇਗਜ਼ਾਮ ਤੱਕ ਵਧੀਆ ਆ ਜਾਣ। ਫਿਰ ਹਾਂ। ਸਰ ਤੁਹਾਨੂੰ ਪਤਾ ਫਿਰ ਮੈਂ ਇਗਜ਼ਾਮ ਦੇ ਵਿੱਚ ਵਧੀਆ ਆ ਗਈ। ਤੇ ਨਿਊਜ਼ ਪੇਪਰ ਤੋਂ ਇਲਾਵਾ ਕੁਛ ਹੋਰ ਤੁਸੀਂ ਜੇ ਕੁਛ ਦੱਸਣਾ ਚਾਹੋ ਸਟੂਡੈਂਟਸ ਨੂੰ ਕੁਛ ਐਕਸਟਰਾ ਕਰਨ ਲਈ? ਨਿਊਜ਼ਪੇਪਰ ਤੋਂ ਇਲਾਵਾ ਸਰ ਮਤਲਬ ਕਈ ਵਾਰ ਹੁਣ ਜਿਵੇਂ ਆਪਾਂ ਕੋਈ ਰੀਡਿੰਗ ਕੀਤੀ ਆ ਉਹਨੂੰ ਨਾ 2-3 ਵਾਰ ਪੜ੍ਹਦੇ ਆ ਜਦੋਂ ਆਪਾਂ ਨਾ ਫਿਰ ਉਹਦੇ ਸੁਣੀਮਨ ਹੁੰਦੇ ਆਪਾਂ ਨੂੰ ਉਹ ਕਿਸੇ ਚੀਜ਼ ਦੇ ਪਤਾ ਲੱਗ ਜਾਂਦੇ ਆ ਵੀ ਇਹਦੇ ਸੁਣੀਮਨ ਐਂਡਲੇ ਕਹਿੰਦੇ ਆ ਮਤਲਬ ਜੋ ਆਪਾਂ ਨਵੇਂ ਨਵੇਂ ਵਰਡ ਸਿੱਖਣ ਨੂੰ ਮਿਲਦੇ ਆ। ਬਿਲਕੁਲ, ਤੁਹਾਡੀ ਗੱਲ ਸਹੀ ਹੈ ਜੰਮਾ, ਵੀ ਉਹੀ ਡੀਪ ਰੀਡਿੰਗ ਦੁਬਾਰਾ ਤੋਂ ਕਰ ਲੇ ਬੰਦਾ। ਹਾਂਜੀ ਸਰ ਮੈਂ ਮਤਲਬ ਜ਼ਿਆਦਾ ਕਰਨ ਨਾਲ ਉਵੇਂ ਹੀ ਵਧੀਆ ਕਰ ਲਈਏ ਫਿਰ ਉਹ ਬੈਟਰ ਰਹਿੰਦਾ ਗਾ ਨਾਲੇ ਆਪਣੇ ਸਮਝ ਆਉਣ ਲੱਗ ਜਾਂਦੀ ਹੈ ਵੀ ਇਹਦਾ ਆਨਸਰ ਕਿੱਦਾਂ ਆਇਆ ਜੋ ਜਿਵੇਂ ਆਪਾਂ ਬਾਰ ਬਾਰ ਪੜ੍ਹਦੇ ਹਾਂ। ਬਿਲਕੁਲ, ਤੁਹਾਡੀ ਗੱਲ, ਟ੍ਰੈਪ ਦਾ ਪਤਾ ਲੱਗ ਜਾਂਦਾ ਵੀ ਕਿੱਥੇ ਆਪਾਂ ਹਨਾ ਗਲਤੀ ਕਰ ਗਏ, ਹਾਂਜੀ ਕਿੱਥੇ ਕੀ ਯੂਜ਼ ਕੀਤਾ ਸੀ ਤੇ ਆਪਾਂ ਆਪਾਂ ਆਪਦੇ ਹਿਸਾਬ ਨਾਲ ਕੀ ਸੋਚ ਕੇ ਆਨਸਰ ਲਾਇਆ ਸੀ ਤੇ ਉਹਨਾਂ ਨੇ ਕਿਵੇਂ ਲਾਇਆ। ਤੇ ਸਪੀਕਿੰਗ ਦਾ ਥੋੜ੍ਹੀ ਤੁਹਾਨੂੰ ਦਿੱਕਤ ਸੀਗੀ ਸਟਾਰਟਿੰਗ ਦੇ ਵਿੱਚ ਹਨਾ, ਤੇ ਹਾਂਜੀ ਹੌਲੀ 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 ਜਾ ਕੇ ਇੰਪਰੂਵਮੈਂਟ ਹੋਈ ਹੈਗੀ। ਤੇ ਕਿਵੇਂ ਹਾਂਜੀ ਤੁਸੀਂ ਕੀਤੀ ਸੀ ਇੰਪਰੂਵਮੈਂਟ? ਸਰ ਸਪੀਕਿੰਗ ਦੇ ਵਿੱਚ ਇਦਾਂ ਸੀ ਮੈਂ ਪਹਿਲਾਂ ਸਿੰਪਲੀ ਬੋਲਦੀ ਹੁੰਦੀ ਸੀ ਮਤਲਬ ਆਪਾਂ ਜਿਵੇਂ ਵਾਰ ਵਾਰ ਲਗਾ ਦਿੰਦੇ ਆ ਪਰ ਮੈਂ ਤੁਹਾਡੀ ਹੈਲਪ ਦੇ ਨਾਲ ਨਾ ਜਿਹੜੇ ਕੰਪਲੈਕਸ ਸੈਂਟੈਂਸ ਨੇ ਆਲਦੋ ਡਿਸਪਾਈਟ ਇਹ ਵਗੈਰਾ ਯੂਜ਼ ਕਰਨੇ ਸਿੱਖੇ ਸੀ ਤੁਹਾਨੂੰ ਵੀ ਪਤਾ ਵੀ ਮੇਰੀ ਸਪੀਕਿੰਗ ਠੀਕ ਠਾਕ ਗਈ ਸੀਗੀ ਬਿਲਕੁਲ ਪਰ ਬਿਲਕੁਲ। ਮੈਂ ਐਗਜ਼ਾਮ ਦੇ ਵਿੱਚ ਥੋੜੀ ਜਿਹੀ ਤੁਹਾਡੇ ਕੋਲ ਜਦੋਂ ਜ਼ਿਆਦਾ 2 ਮੰਥ ਲਗਾਏ ਥੋੜੀ ਜਿਹੀ ਪ੍ਰੈਪਰੇਸ਼ਨ ਹੋ ਗਈ ਸੀ ਵੀ ਮੈਂ ਕੰਪਲੈਕਸ ਯੂਜ਼ ਕਰਨੇ ਸਿੱਖ ਗਈ ਸੀ ਤੇ ਫਿਰ ਮੈਂ ਐਗਜ਼ਾਮ ਦੇ ਵਿੱਚ ਵੀ ਉਹ ਯੂਜ਼ ਕੀਤੇ ਸੀ ਸਰ ਫਿਰ ਠੀਕ ਵਧੀਆ ਹੋ ਗਈ ਸੀ। ਵੈਸੇ ਮੈਨੂੰ ਆਪ ਨੂੰ ਵੀ ਲੱਗ ਰਿਹਾ ਸੀ ਵੀ ਮੈਂ ਵਧੀਆ ਆਨਸਰ ਦਿੱਤਾ ਕਿਉਂਕਿ ਆਪਾਂ ਨੂੰ ਆਪ ਐਗਜ਼ਾਮ ਦੇ ਕੇ ਪਤਾ ਲੱਗ ਜਾਂਦਾ ਨਾ ਵੀ ਆਪਾਂ ਕੀ ਯੂਜ਼ ਕੀਤਾ ਆਪਣੇ ਕਿੰਨੇ ਗਾਣਗੇ ਬਿਲਕੁਲ ਸਰ ਬਿਲਕੁਲ। ਮਤਲਬ ਕੰਪਲੈਕਸ ਯੂਜ਼ ਕੀਤੇ ਦਾ ਫਿਰ ਉਹਦੇ ਨਾਲ ਥੋੜੀ ਜਿਹੀ ਆਪ ਨੂੰ ਵੀ ਪਰਫਾਰਮੈਂਸ ਤੇ ਫਰਕ ਜਿਹਾ ਪੈਣ ਲੱਗ ਜਾਂਦਾ ਸਰ। ਸਹੀ ਹੈ, ਸਹੀ ਹੈ ਤੁਹਾਡੀ ਗੱਲ ਬਿਲਕੁਲ। ਤੇ ਵੋਕੈਬਲਰੀ ਵਗੈਰਾ ਦਾ ਤਾਂ ਨਹੀਂ ਤੁਸੀਂ ਯੂਜ਼ ਕੀਤੀ ਹੋਣੀ? ਨੋ ਸਰ ਵੋਕੈਬਲਰੀ ਨਹੀਂ ਮਤਲਬ ਕੰਪਲੈਕਸ ਹੀ ਯੂਜ਼ ਕੀਤੇ ਸੀ ਇਕੱਲੇ ਜਿਹੜੇ ਤੁਸੀਂ ਕਰਵਾਉਣੇ ਹੁੰਦੇ ਹੋ ਵੀ ਵੈਦ ਨਾਈਟ ਔਰ ਨੋਰ ਵੈਦਰ ਔਰ ਵਾਲੇ ਤਾਂ ਹੁਣ ਕੁਝ ਹੋਰ ਤੁਸੀਂ ਐਕਸਟਰਾ ਦੱਸਣਾ ਚਾਹੁੰਦੇ ਹੋਵੋਗੇ ਸਪੀਕਿੰਗ ਬਾਰੇ, ਫਿਰ ਆਪਾਂ ਉਦੋਂ ਬਾਅਦ ਮੂਵ ਕਰਾਂਗੇ ਰਾਈਟਿੰਗ। ਸਪੀਕਿੰਗ ਦੇ ਵਿੱਚ ਸਰ ਇਦਾਂ ਹੁਣ ਜਿਵੇਂ ਬੈਸਟ ਆ ਮੈਂ ਤੁਹਾਨੂੰ ਆਪਾਂ ਡੇਲੀ ਮਤਲਬ ਤੁਹਾਨੂੰ ਬੋਲ ਕੇ ਭੇਜਦੇ ਹੁੰਦੇ ਸੀ ਕਈ ਵਾਰ ਜਿਹੜਾ ਤੁਸੀਂ ਕਰਦੇ ਹੁੰਦੇ ਸੀਗੇ ਕਿਊ ਕਾਰਡ ਵਗੈਰਾ ਭੇਜਦੇ ਸੀ ਪਰ ਕਈ ਵਾਰ ਇਦਾਂ ਹੁੰਦਾ ਸੀ ਆਪਾਂ ਮਿਰਰ ਦੇ ਵਿੱਚ ਸਾਹਮਣੇ ਖੜ ਕੇ ਚਲ ਨਹੀਂ ਬਾਰਾ ਟਾਈਮ ਚਲ ਅੱਧਾ ਵੀ ਘੰਟਾ ਕਰ ਲਈਏ ਥੋੜੀ ਜਿਹੀ ਐ ਹੋ ਜਾਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣਾ ਆਈ ਕੰਟੈਕਟ ਬਣਦਾ ਤੇ ਆਪਣੀ ਪਰਫਾਰਮੈਂਸ ਪਤਾ ਲੱਗਣ ਲੱਗ ਜਾਂਦੀ ਵੀ ਆਪਾਂ ਕਿੱਦਾਂ ਬੋਲਦੇ ਹਾਂ ਬਿਲਕੁਲ ਬਿਲਕੁਲ ਨਰਵਸਨੈਸ ਵੀ ਆਪਣੀ ਠੀਕ ਹੋ ਜਾਂਦੀ ਹੈ ਸਰ ਇਸ ਤੋਂ ਸਰ। ਬਿਲਕੁਲ ਸਹੀ ਗੱਲ, ਮਿਰਰ ਸਪੀਕਿੰਗ ਬਹੁਤ ਮੈਟਰ ਕਰਦੀ ਹੈ। ਤੇ ਇਦੋਂ ਪਹਿਲਾਂ ਵੀ ਇੱਕ ਇੰਟਰਵਿਊ ਨਹੀਂ ਕੀਤੀ ਸੀ ਮੈਂ ਸਟੂਡੈਂਟ ਨਾਲ। ਸਰ ਪਹਿਲਾਂ ਤਾਂ ਨਹੀਂ ਹਾਂ ਕੀਤੀ ਹਾਂਜੀ ਮੈਂ ਉਹਨੇ ਮਹੀਨਾ ਕੀ ਕੀਤੀ ਸੀ ਮਤਲਬ ਪਹਿਲਾਂ ਤਾਂ ਫਿਰ ਮੈਨੂੰ ਹੋਰੀ ਜਿਹਾ ਲੱਗਦਾ ਹੁੰਦਾ ਸੀ ਆਪਾਂ ਖੜਦੇ ਸੀ ਆਪਣੇ ਆਪ ਨੂੰ ਦੇਖਦੇ ਸੀ ਪਰ ਜਦੋਂ ਆਪਾਂ ਨੂੰ ਐਵੇਂ ਹੋਵੇ ਵੀ ਆਪਾਂ ਹੁਣ ਆਪਣਾ ਰਿਜ਼ਲਟ ਵਧੀਆ ਲੈ ਕੇ ਆਉਣਾ ਫਿਰ ਸਾਰਾ ਕੁਝ ਹੀ ਕਰਨਾ ਪੈਂਦਾ ਸਰ ਵੀ ਆਪਾਂ ਚਲਾ ਵੀ ਬਿਲਕੁਲ। ਕਰਕੇ ਦੇਖੀਏ ਕੀ ਪਤਾ ਆਪਣੀ ਪਰਫਾਰਮੈਂਸ ਵਧੀਆ ਹੋ ਜੇ ਤੇ ਬਾਕੀ ਐਵੇਂ ਕਈ ਸਟੂਡੈਂਟ ਜੇ ਨਹੀਂ ਕਰ ਸਕਦੇ ਫਿਰ ਵੀ ਮੈਂ ਤਾਂ ਕਹਿੰਦਾ ਕਰੋ ਮਿਰਰ ਸਪੀਕਿੰਗ, ਬਟ ਰਿਕਾਰਡ ਕਰਕੇ ਵੀ ਤੁਸੀਂ ਦੇਖਿਆ ਕਰੋ ਤਾਂ ਜ਼ਿਆਦਾ ਬੈਟਰ ਹੈ। ਹਾਂਜੀ ਰਿਕਾਰਡ ਕਰਕੇ ਵੀ ਸਰ ਹਾਂ ਬਿਲਕੁਲ ਬਿਲਕੁਲ। ਇੱਕ ਐਸਾ ਨਾ ਮਿਰਰ ਸਪੀਕਿੰਗ ਦਾ ਸਰ ਬੈਨੀਫਿਟ ਹੈ ਆਪਣੇ ਆਪ ਨੂੰ ਆਪਦੇ ਫੇਸ ਐਕਸਪ੍ਰੈਸ਼ਨ ਪਤਾ ਲੱਗ ਜਾਂਦਾ ਸਰ ਆਪਾਂ ਉਸ ਹਿਸਾਬ ਨਾਲ ਕਈ ਵਾਰ ਆਪਾਂ ਹੁਣ ਟੀਚਰ ਸਾਹਮਣੇ ਬੋਲਦੇ ਆ ਆਪਣੇ ਫੇਸ ਐਕਸਪ੍ਰੈਸ਼ਨ ਹੋਰ ਹੀ ਜੇ ਬਣ ਜਾਂਦੇ ਆ ਫਿਰ ਟੀਚਰ ਤੇ ਇਫੈਕਟ ਪੈ ਜਾਂਦਾ ਵੀ ਬੱਚਾ ਪਹਿਲੇ ਹੀ ਨਰਵਸ ਹੋ ਜਾਂਦਾ ਫਿਰ ਮਿਰਰ ਨਾਲ ਆਪਾਂ ਨੂੰ ਇਦਾਂ ਪਤਾ ਲੱਗ ਜਾਂਦਾ ਵੀ ਆਪਾਂ ਕਿੰਨੇ ਕੁ ਨਰਵਸ ਹੁੰਦੇ ਆ ਜਾਂ ਆਪਾਂ ਨੂੰ ਕੀ ਪ੍ਰੋਬਲਮ ਬਿਲਕੁਲ। ਆਉਂਦੀ ਆ ਫੇਸ ਟੂ ਫੇਸ ਬੋਲਣ ਲੱਗੇ ਹਾਂ, ਵੀ ਕੰਫੀਡੈਂਸ ਵੀ ਕਿਵੇਂ ਲੈ ਕੇ ਆਉਣਾ, ਹਰ ਵੇਲੇ ਸਮਾਈਲ ਕਿਵੇਂ ਰੱਖਣੀ ਫੇਸ ਤੇ। ਹਾਂਜੀ ਸਮਾਈਲ ਰੱਖਣੀ। ਠੀਕ ਹੈ, ਤੇ ਹੁਣ ਇੱਕ ਵਾਰ ਆਪਾਂ ਰਾਈਟਿੰਗ ਦੇ ਵੱਲ ਮੂਵ ਕਰਦੇ ਆ, ਵੀ ਰਾਈਟਿੰਗ ਦੀ ਪ੍ਰੈਪਰੇਸ਼ਨ ਤੁਸੀਂ ਕਿਵੇਂ ਕੀਤੀ ਗੀ? ਹਾਂਜੀ ਸਰ ਰਾਈਟਿੰਗ ਤੁਹਾਨੂੰ ਮੈਂ ਦੱਸਦੀ ਆ ਆਪ ਤੁਸੀਂ ਸਾਰੇ ਕੰਪਲੈਕਸ ਸੈਂਟੈਂਸ ਦਾ ਨੋਨ ਟਾਈਮਲਾਈਨ ਤੇ ਟਾਈਮਲਾਈਨ ਤਾਂ ਤੁਹਾਨੂੰ ਪਤਾ ਵੀ ਠੀਕ ਸੀਗੇ ਮੇਰੇ ਬਿਲਕੁਲ ਵਧੀਆ ਪਰ ਸੀਗੇ ਸਰ ਤੁਹਾਡੇ। ਉੱਥੇ ਮੈਨੂੰ ਫਲੋ ਚਾਰਟ ਆਇਆ ਸੀ ਪਰ ਉਹਦੇ ਵਿੱਚ ਤੁਸੀਂ ਫਿਰ ਵੀ ਉਹ ਐਵਨ ਇਸ਼ੂ ਵਗੈਰਾ ਸਾਰਾ ਕੁਝ ਓਵਰਆਲ ਵੋਕੈਬਲਰੀ ਜਿਵੇਂ ਮਾੜੀ ਆਪਾਂ ਮੋਟੀ ਓਵਰਆਲ ਦਾ ਤੁਸੀਂ ਸਿੱਧਾ ਚਾਰਟ ਕਰਵਾਇਆ ਹੋਇਆ ਸੀ ਵੀ ਜੇ ਆਪਾਂ ਇਹਦੇ ਵਿੱਚ ਇਦਾਂ ਉਹਦੇ ਵਿੱਚ ਵੀ ਜੇ ਕੋਈ ਸਟੈਪ ਮਿਸ ਹੋਇਆ ਤਾਂ ਆਪਾਂ ਪ੍ਰੋਸੈਸ ਬਿਲਕੁਲ ਸਲੋ ਬਿਲਕੁਲ ਸੀਗਾ ਤੇ ਬਿਲਕੁਲ ਉਹਦਾ ਬਿਲਕੁਲ ਸਟਾਰਟਿੰਗ ਤੇ ਐਂਡਿੰਗ
ਗ੍ਰੇਟ ਕਿਉਂਕਿ ਗ੍ਰੇਟ ਆਪਾਂ ਇਹਦੇ ਵਿੱਚ ਕੁਝ ਹੋਰ ਤਾਂ ਯੂਜ਼ ਕਰ ਨਹੀਂ ਸਕਦੇ ਸੀਗੇ, ਤੇ ਫਿਰ ਮੈਂ ਇਹ ਵੋਕੈਬਲਰੀ ਯਾਦ ਸੀ, ਫਿਰ ਇਹ ਯੂਜ਼ ਕੀਤੀ, ਉੱਥੇ ਮੈਨੂੰ ਫਲੋ ਚਾਰਟ ਆ ਗਿਆ। ਚਲੋ ਫਿਰ ਵੀ ਬਾਕੀ ਨੋਟਸ ਵਗੈਰਾ ਆਪਣੇ ਜਿਵੇਂ ਬਣਦੇ ਰਹੇ ਨੇ, ਹੈ ਨਾ, ਤਾਂ ਬਹੁਤ ਬੈਨੀਫਿਟ ਹਾਂਜੀ ਸਰ, ਹੋਇਆ ਉਹਦਾ। ਉਹ ਦੇ ਕਰਕੇ ਆ, ਕਿਉਂਕਿ ਹੁਣ ਜਿਵੇਂ ਮੈਂ ਤਾਂ ਆਪਦੇ ਨੂੰ ਪੂਰੀ ਪ੍ਰਿਪੇਅਰ ਸੀ, ਮੈਨੂੰ ਲਾਈਨ ਆ ਜਾਏ, ਦੂਜਾ ਆ ਜਾਏ, ਪਾਈ ਚਾਰਟ ਆ ਜਾਏ, ਆਪਾਂ ਸੋਚਦੇ ਹੁੰਦੇ ਆਪਣੇ ਮਾਈਂਡ ਵਿੱਚ ਵੀ ਆਪਾਂ ਨੂੰ ਇਦਾਂ ਦਾ ਆ ਜਾਏ, ਪਰ ਹੁਣ ਜਦੋਂ ਪਹਿਲਾਂ ਫਲੋ ਚਾਰਟ ਦੇਖਿਆ ਉਹਦੇ ਹੈ ਵੀ ਸਰ 12 ਸਟੈਪ, ਉਹ ਵੈਸੇ ਠੀਕ ਹੋ ਗਿਆ ਸੀ, ਉਹ ਬਹੁਤ ਵਧੀਆ ਹੋਇਆ ਸੀ। ਤੇ ਜਿਹੜਾ ਮਤਲਬ ਟਾਸਕ 2 ਆ, ਮੈਂ ਕੰਪਲੈਕਸ ਤਾਂ ਉਹਦੇ ਵਿੱਚ ਬਾਵਾ ਯੂਜ਼ ਕੀਤੇ ਸੀ, ਠੀਕ ਹੈ ਸਰ, ਮੇਰਾ ਹੁਣ ਡਿਲੀਵਰੀ ਕਰਦਾ ਸੀ, ਮੈਂ ਰੀਚੈਕਿੰਗ ਭਰਦਾ, ਫਿਰ ਮੈਂ ਕਿਹਾ ਚਲ ਕਿਉਂ ਰਿਸਕ ਲੈਣਾ, ਠੀਕ ਨੇ ਹੈ ਨਾ, ਹਾਂ ਜਦ ਹਾਂ ਹਾਂ ਆਪਣੀ ਰਿਕੁਆਇਰਮੈਂਟ ਪੂਰੀ ਆ। ਤੇ ਟਾਸਕ 2 ਦੇ ਵਿੱਚ ਸਰ ਕੁਛ ਨਾ ਸਟੇਟਮੈਂਟ ਦੇ ਵਿੱਚ ਮਾੜੀ ਜਿਹੀ ਕਨਫਿਊਜ਼ ਹੋ ਗਈ ਸੀਗੀ, ਓਕੇ ਹਾਂ ਵੀ ਜਿਹੜੀ ਉਹ ਸਟੇਟਮੈਂਟ ਕੁਛ ਇਦਾਂ ਸੀ, ਰੇਟ ਆਫ ਕ੍ਰਾਈਮ ਇਜ਼ ਰਿਡਿਊਸਡ ਬਾਈ ਯੰਗਸਟਰਸ, ਹਾਂ ਹਾਂ ਮਤਲਬ ਹਾਂ ਵੀ ਹਾਂ ਵੀ ਉਹਨਾਂ ਦੁਆਰਾ ਘਟਾਇਆ ਜਾਣਾ ਸੀ, ਮੈਂ ਲਿਖਿਆ ਤਾਂ ਵੈਸੇ ਇਦਾਂ ਹੀ ਸੀ, ਪਰ ਮੇਰੇ ਸਾਹਮਣੇ ਠੀਕ ਆ ਗਈ, ਤਾਂ ਹੀ ਮਤਲਬ ਵੀ, ਹੈ ਨਾ, ਵੀ ਚਲੋ ਬੈਨੀਫਿਟ ਤਾਂ ਹੀ ਹੁੰਦਾ ਜੇ ਆਪਾਂ 2-3 ਵਾਰ ਸਟੇਟਮੈਂਟ ਰੀਡ ਕਰੀਏ ਪਹਿਲਾਂ, ਹੈ ਹਾਂਜੀ ਨਾ। ਮੈਂ ਕਰੀ ਸੀ ਹਾਂਜੀ, ਪਰ ਬਾਕੀ ਥੋੜੀ ਜਿਹੀ ਹਾਂ ਨਾ ਉਲਝਾ ਕੇ ਪਾਉਂਦੇ, ਤੁਹਾਨੂੰ ਪਤਾ ਇਗਜ਼ਾਮ ਵਾਲੇ ਦਾ ਥੋੜਾ ਜਿਹਾ, ਬਿਲਕੁਲ ਮੋਲਡ ਕਰਕੇ ਪਾਉਂਦੇ ਨੇ ਉਹ। ਹਾਂਜੀ ਉਹ ਤਾਂ ਹੁਣ ਆਪਣੇ ਦੇ, ਬਾਕੀ ਸਰ ਤੁਸੀਂ ਬਹੁਤ ਵਧੀਆ ਪ੍ਰੈਪਰੇਸ਼ਨ ਕਰਵਾਈ ਸੀ ਰਾਈਟਿੰਗ ਥੈਂਕ ਦੀ, ਯੂ। ਨਹੀਂ ਫਲੋ ਚਾਰਟ ਤਾਂ ਸਰ ਕਿੱਥੇ, ਤੁਹਾਨੂੰ ਪਤਾ ਹੀ ਆ ਵੀ ਆਪਾਂ ਇੰਨੇ ਕੀਤੇ ਵੀ ਨਹੀਂ ਸੀ ਫਲੋ ਚਾਰਟ, ਤਾਂ ਉਹ ਹਾਂ ਵੋਕੈਬਲਰੀ ਸੀ ਉਹ ਯੂਜ਼ ਕਰ ਲਈ ਬਸ ਸਰ, ਉਹ ਪਰ ਕੰਮ ਮੈਂ ਆ ਗਿਆ। ਫਲੋ ਹਾਂ ਚਾਰਟ ਤਾਂ ਪੂਰਾ ਵਧੀਆ ਲਿਖ, ਬਾਕੀ ਸਰ ਇਦਾਂ ਮੇਰਾ ਫਲੋ ਚਾਰਟ ਵੀ 15 ਮਿੰਟ 'ਚ ਕੰਪਲੀਟ ਹੋ ਗਿਆ ਸੀ। ਉਹ ਐਕਚੁਅਲੀ ਪਤਾ ਆਪਣੀ ਪ੍ਰੈਪਰੇਸ਼ਨ ਹੀ ਨਹੀਂ ਹੋ ਜਾਂਦੀ ਹੁੰਦੀ ਸੀਗੀ, ਹਾਂਜੀ ਆਪਣੀ ਰੈਗੂਲਰ ਤਾਂ ਪ੍ਰੈਪਰੇਸ਼ਨ ਆਪਾਂ ਹੀ ਰਾਈਟਿੰਗ ਮਿਸਟੇਕ ਲਿਖਦੇ ਹੋ ਗਈ ਸੀਗੇ। ਸਰ, ਹਾਂ ਇੱਕ ਤਾਂ ਸਰ ਤੁਹਾਨੂੰ ਲਿਖ ਕੇ ਸੈਂਡ ਕਰਦੇ ਹੁੰਦੇ ਸੀ BP BP1 ਤੇ BP2, ਤੇ ਇੱਕ ਮਤਲਬ ਇੱਕ ਫਰੈਂਡ ਸੀਗੀ, ਮਤਲਬ ਉਹਦੇ ਨਾਲ ਮੈਂ ਕੀਤੇ, ਮਤਲਬ ਫਲੋ ਚਾਰਟ ਉਹਦੇ ਨਾਲ ਇੱਕ ਅੱਧੇ ਹੀ ਕੀਤਾ ਸੀ, ਹੁਣ ਤਾਂ ਚਾਰ ਤਾਂ ਸਾਰੇ ਕਰ ਲਏ ਸੀ ਉਹਦੇ ਨਾਲ ਵੀ, ਉਹਨੂੰ ਵੀ ਡੇਲੀ ਸੈਂਡ ਕਰਦੇ ਹੁੰਦੇ ਸੀ ਲਿਖ ਕੇ, ਅਸੀਂ ਉਹ ਅੱਛਾ ਮੈਨੂੰ ਕਰ ਦਿੰਦੇ, ਮੈਂ ਉਹਨਾਂ ਨੂੰ ਸੈਂਡ ਕਰ ਦਿੰਦੀ ਸੀ। ਸਹੀ ਹੈ ਸਹੀ ਹੈ, ਬਹੁਤ ਵਧੀਆ। ਐਵੇਂ ਕੋਈ ਕੋਈ ਫਰੈਂਡ ਮਿਲਦਾ ਜਿਹੜਾ ਹੈਲਪ ਕਰਦਾ। ਹਾਂਜੀ, ਫਿਰ ਲਾਸਟ ਵੀ ਅਸੀਂ ਐਵੇਂ ਵੀ ਹੋ ਗਿਆ ਵੀ ਹੁਣ ਚਲ ਆਪਾਂ ਕਾਪੀ ਤੇ ਲਿਖਣ ਦੀ ਸਪੀਡ ਬਣਾਈ, ਕਿਉਂਕਿ ਉੱਥੇ ਆਪਾਂ ਪੇਪਰ ਤੇ ਲਿਖਣਾ ਨਾ, ਫਿਰ ਬਿਲਕੁਲ ਲਾਸਟ ਬਿਲਕੁਲ। ਦੇ ਤੁਹਾਨੂੰ ਪਤਾ ਜਦੋਂ ਆਪਾਂ ਆਪ ਕਰਨ ਦੀ ਕੋਸ਼ਿਸ਼ ਕਰਦੇ ਉਦੋਂ ਤਾਂ ਕੰਮ ਘੱਟ ਹੀ ਜਾਂਦਾ, ਇੱਕ ਦੂਜੇ ਨਾਲ ਆਪਾਂ ਫਿਰ ਵੀ ਕੋਸ਼ਿਸ਼ ਕਰ ਲੈਂਦੇ ਹਾਂ ਵੀ ਹਾਂ ਚਲ ਉਹ ਹਾਂ ਵੀ ਹਾਂ ਕਰਦਾ, ਚਲ ਮੈਂ ਵੀ ਕਰ ਲਾਂ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਹਾਂਜੀ ਸਰ, ਤੇ ਇਦਾਂ ਕਰਦੇ ਰਹੇ ਰਾਈਟਿੰਗ ਲਿਖਤਾ। ਠੀਕ ਹੈ, ਬਾਕੀ ਲਿਸਨਿੰਗ ਤਾਂ ਚਲੋ ਹੋ ਹੀ ਜਾਂਦੀ ਇੰਪਰੂਵਮੈਂਟ ਹਰ ਹਾਂਜੀ, ਸਟੂਡੈਂਟ ਦੀ। ਲਿਸਨਿੰਗ ਤਾਂ ਹੋ ਹੀ ਜਾਂਦੀ ਹੈ ਸਰ, ਠੀਕ ਹੈ। ਤੇ ਬਾਕੀ ਸਰ ਇਦਾਂ ਸੀ ਲਿਸਨਿੰਗ ਦੇ ਵਿੱਚ EGMA ਹੋ ਗਏ, 7 ਕਿਉਂ ਆ ਗਏ, ਕਿਉਂਕਿ ਉਹਦੇ ਵਿੱਚ ਜਿਹੜੀਆਂ 20 ਤੋਂ ਤਾਂ ਸਕਰੀਨ ਦੀ ਬਲੈਂਕ ਸੀ ਸੀਗੀਆਂ ਕਿਆ ਪਹਿਲੀਆਂ ਬਾਤ, 20, ਕਿਸਮਤ। ਬਾਕੀ ਮਿਹਨਤ ਵੀ ਹੈ, ਮੈਂ ਵੈਸੇ ਮੈਂ ਮਜ਼ਾਕ ਚ ਕਿਹਾ ਗਿਆ ਤਾਂ। ਚੱਲ ਕੋਈ ਨਾ ਕੋਈ ਨਾ ਸਰ, ਉਹ ਤਾਂ ਮਤਲਬ ਉਹ ਤੁਹਾਨੂੰ ਦੱਸਦੀ ਆ, ਉਹ ਵੀ ਆਪਾਂ ਸਰ ਜੇ ਮਿਹਨਤ ਕਰਾਂਗੇ ਫਿਰ ਉਹ ਵੀ ਤਾਂ ਹੀ ਸੁਣੂਗਾ ਨਾ ਕੁਛ, ਮੈਂ ਤੁਹਾਨੂੰ ਜਾਂ ਉਹੀ ਤਾਂ ਪੋਜ਼ਿਟਿਵ। ਗੱਲ ਹੈ, ਲਿਸਨਿੰਗ 'ਚ 7 ਲੈਣੇ ਸੌਖੇ ਥੋੜ੍ਹੀ ਪਏ ਨੇ, ਗੱਲ ਤਾਂ ਸਾਰੀ ਉਹੀ ਹੈ ਨਾ, ਹਾਂਜੀ ਜੇ ਬੰਦੇ ਨੇ ਕੁਛ ਹਾਂਜੀ, ਮਿਹਨਤ ਕੀਤੀ ਹੈ, ਟਾਈਮ ਲਗਾਇਆ ਇੱਕ ਚੀਜ਼ 'ਤੇ, ਫਿਰ ਕਿਤੇ ਜਾ ਕੇ ਹਾਂ ਬਣਦੇ ਪਹਿਲਾਂ ਨੇ। ਤਾਂ ਕਈ ਵਾਰ ਤਾਂ ਉੱਤੇ ਲੰਘ ਜਾਂਦੇ ਸੀ, ਪਰ ਹੁਣ ਥੋੜ੍ਹੀ ਜਿਹੀ ਪਰਫਾਰਮੈਂਸ ਹੋ ਗਈ ਸੀ, ਚੱਲ ਲਿਸਨਿੰਗ ਦੀ ਵੀ ਇੱਕ ਲਿਸਨਿੰਗ ਨੂੰ ਦੋ ਦੋ ਤਿੰਨ ਤਿੰਨ ਵਾਰ ਸੁਣ ਲਈ, ਜ਼ਰੂਰੀ ਤਾਂ ਨਹੀਂ ਕਰਨੀ ਆ, ਜਦ ਆਪਾਂ ਸੁਣਦੇ ਚੱਲ ਕੁਛ ਤੋਂ ਬਾਅਦ ਆਪਾਂ ਐਵੇਂ ਪਤਾ ਲੱਗਦਾ ਸੀ ਉਹ ਕੀ ਸ਼ਬਦ ਬੋਲਦੇ ਆ, ਹੈ ਨਾ, ਹਾਂ। ਤੇ ਇੱਦਾਂ ਹੀ ਫਿਰ ਬਾਕੀ ਪਤਾ ਲੱਗ ਜਾਂਦਾ। ਇੱਕ ਹੋਰ ਚੀਜ਼ ਤੁਹਾਡੇ ਉਹ ਸੀਗੀ, ਆਪਣੇ ਕੀ ਕਹਿੰਦੇ ਹੁੰਦੇ ਨੇ, ਨਾਲ ਨਾਲ ਤੁਹਾਡੇ ਉਹਦੇ BA ਦੇ ਸੀਗੇ ਪੇਪਰ ਚੱਲ ਰਹੇ ਸੀਗੇ, MSc ਦੇ ਸਰ, ਨਾਲ ਨਾਲ ਮੇਰੀ MSc ਦੇ। MSc ਦੇ ਐਗਜ਼ਾਮ ਚੱਲਦੀ ਪਈ ਸੀ ਲੇਟ, ਇੱਕ ਵਾਰ ਉਹ ਵੀ 4 ਘੰਟੇ ਲੱਗ ਜਾਂਦੇ ਸੀ ਉਹਨੂੰ ਲਿਖਣ ਤੇ, ਫਿਰ ਅਗਲੇ ਦਿਨ ਪ੍ਰੈਕਟਿਸ ਵੀ ਆਉਣਾ ਹੁੰਦਾ ਫੜਾ ਸੀਗਾ। ਕੇ ਵੀ ਪੋਸਟ ਆਫਿਸ ਆਉਣਾ ਹੁੰਦਾ। ਬਿਲਕੁਲ ਬਿਲਕੁਲ ਬਿਲਕੁਲ, ਬਟ ਹਾਂਜੀ, ਚਾਹੇ ਉਹਨੂੰ ਫ੍ਰੀ ਹੋ ਗਏ ਚੱਲ, ਫਿਰ ਵੀ ਆਏ ਸੀ ਵਿੱਚ, ਉਹਨਾਂ ਦਾ ਵੀ ਗਾਹ ਜਾ ਪੈ ਗਿਆ ਸੀ ਥੋੜਾ ਜਿਹਾ, ਟੈਨਸ਼ਨ ਜੀ ਹੋ ਜਾਂਦੀ, ਚਾਹੇ ਸਰ ਦੇ ਹੋ ਦੇ ਜਾਂਦੀ ਹੈ, ਪਹਿਲਾਂ ਪਤਾ, ਦੋ 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 ਬੱਚੇ ਦੋ ਜੀ। ਚੀਜ਼ਾਂ ਜਦੋਂ ਇਕੱਠੀਆਂ ਹੋ ਜਾਣ ਨਾ, ਉਦੋਂ ਮਾਈਂਡ ਬੰਦੇ ਦਾ ਪਤਾ ਨਹੀਂ ਹੁੰਦਾ ਕਿੱਧਰ ਜਾਈ ਜਾਂਦਾ, ਤੇ ਜਾਂਦੇ ਜਾਂਦੇ ਕੋਈ ਐਡਵਾਈਸ ਦੇਣਾ ਚਾਹੁੰਦੇ ਹੋਵੋਗੇ ਸਟੂਡੈਂਟ ਨੂੰ ਤਾਂ ਦੱਸ ਦਿਓ। ਐਡਵਾਈਸ ਸਰ ਇਦਾਂ ਵੀ ਜੇ ਆਪਾਂ ਕੰਸੈਂਟ੍ਰੇਸ਼ਨ ਨਾਲ ਪੜਾਂਗੇ, ਹੈ ਨਾ, ਕਾਫੀ ਬੈਂਡ ਵਧੀਆ ਆਉਂਦੇ ਆ, ਸੋ ਮੈਂ ਸੰਦਾਸ ਜਦੋਂ ਮੈਂ ਫਰਸਟ ਐਗਜ਼ਾਮ ਦਿੱਤਾ ਸੀ ਤੁਹਾਨੂੰ ਪਤਾ ਸੀ, ਤੇ ਉਹ ਤਾਂ ਮੇਰੇ ਘੱਟ ਗਏ ਸੀਗੇ, ਹਾਂ ਪਰ ਹਾਂ ਸਰ ਹੁਣ ਮੈਂ ਮਤਲਬ ਆਪਦੇ ਜਿਹੜੇ ਪੂਰੀ ਮਿਹਨਤ ਕੀਤੀ ਸੀ ਸਰ, ਮੈਨੂੰ ਸਰ ਮੈਨੂੰ ਰੀਡਿੰਗ ਦਾ ਐਗਜ਼ਾਮ ਦੇ ਲਈ, ਮੈਂ ਹੁਣ ਐਸੀ ਐਗਜ਼ਾਮ ਦਿੱਤਾ, ਮੈਨੂੰ ਰੀਡਿੰਗ 'ਚ ਫਿਰ ਵੀ ਡਰ ਲੱਗ ਰਿਹਾ ਸੀ ਹਾਂ ਯਾਰ, ਘੱਟ ਨਾ ਜਾਣ ਘੱਟ ਨਾ ਜਾਣ, ਤੇ ਫਿਰ ਮੈਨੂੰ ਐਂ ਸੀ, ਚਲੋ ਜਿਹੜਾ ਆਪਾਂ ਨਿਊਜ਼ ਪੇਪਰ 2 ਘੰਟੇ ਪੜ੍ਹਦੇ ਹਾਂ ਉਹਦਾ ਤਾਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਕਿ ਕੀਮਤ ਆਪਾਂ ਨੂੰ ਐਗਜ਼ਾਮ 'ਚ ਜਾ ਕੇ ਬੈਨੀਫਿਟ ਹੋ ਜਾਏ ਨਾ, ਬਿਲਕੁਲ। ਤਾਂ ਹੀ ਮੈਂ ਰੀਡਿੰਗ ਨਹੀਂ ਕੀਤੀ ਸਰ ਇੰਨੀ, ਫਿਰ ਮੈਨੂੰ ਐਵੇਂ ਹੁੰਦਾ ਸੀ ਬਸ ਐਗਜ਼ਾਮ ਨਿਊਜ਼ ਪੇਪਰ ਨਾ ਪੜ੍ਹਨਾ ਛੱਡੀਏ, ਹਾਂ ਪਰ ਹਾਂ ਨਿਊਜ਼ ਪੇਪਰ ਨਾ ਵਧੀਆ ਲੈ, ਆਪਾਂ ਨੂੰ ਨਵੇਂ ਨਵੇਂ ਵਰਡ ਸਿੱਖਣ ਨੂੰ ਮਿਲਦੇ ਆ, ਨਾਲੇ ਪਰ ਆਪਣੀ ਕੰਸੈਂਟ੍ਰੇਸ਼ਨ ਬਣਦੀ ਹੈ ਰੀਡਿੰਗ 'ਚ, ਕਿਉਂਕਿ ਜੇ ਆਪਾਂ 2 ਘੰਟੇ ਇੱਥੇ ਬੈਠਾਂਗੇ ਨਿਊਜ਼ ਪੇਪਰ ਤੇ, ਫਿਰ ਆਪਣੀ ਰੀਡਿੰਗ ਦੇ ਵਿੱਚ ਆਪਾਂ ਨੂੰ ਉੱਥੇ ਬੋਰ
ਕਰਦੇ ਆ ਹਟਦੇ ਆ ਮਜ਼ਾਕ ਉਡਾਉਣਾ। ਉਹ ਤਾਂ ਜਾਣ ਕੇ ਜੀ ਕਹਿੰਦੇ ਕਿ ਸੱਤ ਲੈਣੇ, ਮੈਂ ਕਿਹਾ ਕੋਈ ਨਾ ਬਸ ਬਹੁਤ ਆਪਾਂ ਨੂੰ ਹੋਰ ਕੀ ਚਾਹੀਦਾ, ਉਹਨਾਂ ਨੂੰ ਫਾਈਲ ਹੀ ਲਾਉਣੀ ਆ। ਸਹੀ ਹੈ ਸਹੀ ਹੈ ਚਲੋ ਸਹੀ ਹੈ ਸਹੀ ਚਲੋ ਹੈ ਸਹੀ ਵਧੀਆ ਘਰ ਦੇ ਫਿਰ ਮਜ਼ਾਕ ਕਰਨ ਵਾਲੇ ਬੰਦੇ ਆ। ਚਲੋ ਥੈਂਕ ਯੂ ਸੋ ਮਚ ਟਾਈਮ ਕੱਢਣ ਲਈ ਅਤੇ ਨੋ ਪ੍ਰੋਬਲਮ ਸਰ ਜੀ, ਹਾਂਜੀ ਥੈਂਕ ਯੂ ਜੀ, ਹਾਂ ਤੁਹਾਡੇ ਨਾਲ ਵੈਲਕਮ। ਠੀਕ ਹੈ ਜੀ ਚਲੋ ਠੀਕ, ਓਕੇ ਜੀ ਓਕੇ ਸਰ, ਓਕੇ। ਓਕੇ।